ਓਨਲੀ ਵਨ ਇਨ ਅੰਮ੍ਰਿਤਸਰ ਇਹ ਬਲਾ ਲਾਸਾ ਬਾ ਡੀ ਟੂ ਮੰਡੀ ਦੇ ਵਿੱਚ ਚੋਰੀ ਵੀ ਨਹੀਂ ਬਿਲੀ ਇੱਥੇ ਜਾ ਅਲੇ ਕਰ ਮੁੰਜੇ ਦੇ ਚਲੋ ਚਲੋ ਠੀਕ ਹੈ ਉਹ ਵੱਡਾ ਨਾਰ ਹੋਵੇ 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 ਐਡੀਡਾਸ ਹੈਗਾ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਆ ਸਾਰੇ ਦੀਵਾਲੀ ਦੀ ਤਾਂ ਆਲਮੋਸਟ ਸ਼ੋਪਿੰਗ ਹੋ ਚੁੱਕੀ ਹੈ ਜੀ ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਥੋੜ੍ਹੀ ਬਹੁਤ ਸ਼ੋਪਿੰਗ ਹੋਰ ਕਰਨ ਵਾਸਤੇ ਲਾਗੇ ਇੱਕ ਮਾਰਕੀਟ ਲੱਗੀ ਹੈ ਵੈਲਕਮ ਬੜੀ ਚੈਨਲ ਗਾਇਸ ਦੂਜਾ ਕੈਂਡ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਦੀਵਾਲੀ 'ਤੇ ਸਾਰੇ ਯਾਰ ਇਕੱਠੇ ਹੁੰਦੇ ਆ ਰਲ ਮਿਲ ਕੇ ਦੀਵਾਲੀ ਮਨਾਉਂਦੇ ਆ ਸੋ ਬਸ ਉਹਦੀਆਂ ਤਿਆਰੀਆਂ ਚੱਲ ਰਹੀਆਂ ਵਾ ਸ਼ੋਪਿੰਗ ਵਗੈਰਾ ਚੱਲ ਰਹੀ ਆ ਅਤੇ ਹੁਣ ਇੱਥੇ ਲਾਗੇ ਇੱਕ ਮਾਰਕੀਟ ਲੱਗੀ ਹੈ ਨਵੀਂ ਜਿਹੜੀ ਕਿ ਦੀਵਾਲੀ ਤੋਂ ਸਿਰਫ 2-3 ਦਿਨ ਪਹਿਲਾਂ ਲੱਗਦੀ ਆ ਸੋ ਹੁਣ ਉੱਥੇ ਚੱਲੇ ਆ ਕਾਫੀ ਕਮੈਂਟ ਆ ਰਹੀ ਕਿ ਦੀਵਾਲੀ ਦੇ ਵਲੋਗ ਛੱਡ ਦਿਓ ਕੋਈ ਹੋਰ ਵੀ ਵਲੋਗ ਪਾਓ ਯਾਰ ਹੁਣ ਇੱਕ ਵਲੋਗ ਪਾਇਆ ਸੀ ਸ਼ੂਟ ਵਾਲਾ ਉਹ ਆਡੀਅੰਸ ਨੇ ਉਹਨਾਂ ਪਸੰਦ ਨਹੀਂ ਕੀਤਾ ਜਿੰਨੇ ਦੀਵਾਲੀ ਵਾਲੇ ਕਰ ਰਹੇ ਆ ਸੋ ਆ ਸਬਸਕ੍ਰਾਈਬਰ ਦੀ ਡਿਮਾਂਡ ਤੇ ਦੀਵਾਲੀ ਵਾਲੇ ਲੋਕ ਬਣ ਰਹੇ ਆ ਸੋ ਇੱਕ ਜਗ੍ਹਾ ਆਪਾਂ ਟਰੈਵਲ ਵੀ ਕਰਨਾ ਵਾ ਇੱਥੇ ਲੱਗੀ ਆਪਣੇ ਪੰਜਾਬ 'ਚ ਬੜੀ ਘੈਂਟ ਲੋਕੇਸ਼ਨ ਆ ਉਹ ਹੁਣ ਜਾਵਾਂਗੇ ਆਪਾਂ ਦੀਵਾਲੀ ਤੋਂ ਅਗਲੇ ਦਿਨ ਸੋ ਉਹ ਵਲੋਗ ਵੀ ਬਹੁਤ ਘੈਂਟ ਆਉਣ ਵਾਲੇ ਆ ਸੋ ਜੇ ਕਿਸੇ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਸੋ ਦੀਵਾਲੀ ਤੋਂ ਬਾਅਦ ਬਹੁਤ ਹੀ ਘੈਂਟ ਘੈਂਟ ਟਰੈਵਲ ਵਲੋਗ ਆਉਣੇ ਆ ਸੋ ਮੇਕ ਸ਼ੋਰ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਲਾਲ ਕਲਰ ਦਾ ਬਟਨ ਆ ਤੇ ਨਾਲ ਬੈਲ ਵੀ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਵਲੋਗ ਅਪਲੋਡ ਕਰਾਂ ਤਾਂ ਤੁਹਾਨੂੰ ਮਿਲ ਜੇ ਚਲੋ ਹੁਣ ਚੱਲਦੇ ਮਾਰਕੀਟ ਦੇਖ ਕੇ ਆਉਂਦੇ ਆ ਉਹ ਸਾਹਮਣੇ ਲੱਗੀ ਹੈ ਜੀ ਮਾਰਕੀਟ ਫਿਲਹਾਲ ਤੇ ਜ਼ਿਆਦਾ ਰਸ਼ ਨਹੀਂ ਹੈਗਾ ਪਰ ਦੀਵਾਲੀ ਤੋਂ 1-2 ਦਿਨ ਪਹਿਲਾਂ ਵੇਖਿਓ ਇੰਨਾ ਕੁ ਜ਼ਿਆਦਾ ਰਸ਼ ਹੋਣਾ ਨਾ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਨਹੀਂ ਕਰ ਸਕਦੇ ਇੱਥੇ ਪਾਰ ਵੀ ਨਾ ਕਰ ਸਕਦੇ ਪੁੱਛੀ ਮੈਂ ਓਕੇ ਓਕੇ ਇੱਧਰ ਦੇਖ ਲਓ ਉਹਨਾਂ ਨੇ ਫਾਇਰ ਬ੍ਰਿਗੇਡ ਵੀ ਲਾਈ ਆ ਬਾਈ ਚਾਂਸ ਜੇ ਕੋਈ ਕਿਵੇਂ ਚੱਲਦਾ ਵਾ ਭਾਜੀ ਇਹਦੇ ਵਿੱਚ ਨਾ 26 ਟਿਊਬਾਂ ਹੁੰਦੀਆਂ ਓਕੇ 4.5 ਇੰਚੀ ਸਾਈਜ਼ ਦੀਆਂ ਤੁਸੀਂ ਚੈੱਕ ਜਿਵੇਂ ਸਿੰਗਲ ਸ਼ੋਟ ਹੁੰਦਾ 21 ਸੈਂਚੁਰੀ ਲਿਖੋ ਆਪਣੇ ਬਾਰੇ ਉੱਥੇ ਸਿੰਗਲ ਪੀਸ ਹੈ ਹਾਂ ਸਿੰਗਲ ਪੀਸ ਹੈ ਖੱਡੇ ਵਾਲਾ ਜੇ ਤੁਸੀਂ ਸਿੰਗਲ ਸਿੰਗਲ ਲੋਗੇ ਮਹਿੰਗੇ ਪੈਣਗੇ ਚਲੋ ਕਰੋ ਚੈੱਕ ਇਹ ਪੂਰਾ 21 ਸਕਾਈ ਸ਼ੋਟ ਆ ਹਾਂ 15,000 ਦਾ ਇਹ ਨਾਲ ਇਹਦੇ ਫਾਇਰ ਉਹ ਵੀ ਹੈਗਾ ਪਾਉਣ ਵਾਸਤੇ ਇਹ ਟੀ ਸ਼ਰਟ ਹੋਣੀ ਹੈ ਨਾ ਟੀ ਸ਼ਰਟ ਹੈਗੀ ਹੈ ਨਾਲ ਟੀ ਸ਼ਰਟ ਵੀ ਫਰੀ ਆ ਭਾਜੀ ਨਾਲ ਟੀ ਸ਼ਰਟ ਵੀ ਮਿਲੇਗੀ ਠੀਕ ਹੈ ਜੀ ਵਿੰਗਿਆ ਕੰਪਨੀ ਸੋਨੀ ਦੀ ਇਸ ਤੋਂ ਉੱਪਰ ਨਹੀਂ ਆਉਂਦਾ ਇਹਨਾਂ ਦੇ ਸ਼ੋਟ ਦੁਬਈ ਵੀ ਜਾਂਦੇ ਆ ਚੈੱਕ ਕਰ ਸਕਦੇ ਤੁਸੀਂ ਯੂਟਿਊਬ ਤੇ ਕਿੰਨੇ ਦਾ 15,000 ਰੁਪਏ ਦਾ ਭਾਜੀ ਇੱਥੇ ਲਿਆ ਪਟਾਕੇ ਖੋਲ ਰਹੇ ਆ ਆ ਦੇਖ ਪੈਕਿੰਗ ਦੇਖ ਲਓ ਕਿੰਨੀ ਵਧੀਆ ਹੁੰਦੀ ਇਹਦੀ ਓਏ ਕਿਹੜੇ ਲੈਣੇ ਜੀਰਪੁਰ ਦੱਸ ਵਧੀਆ ਵਾਲੇ ਹਾਂ ਮੈਂ ਵੇਚ ਲਈਏ ਕਿਹੜੇ ਆ ਭਾਈ ਕਹਿੰਦਾ ਖੋਲ ਕੇ ਦਿਖਾ ਦਿੰਦੇ ਜਿਹੜੇ ਵਧੀਆ ਭਾਜੀ ਉਹ ਕੱਢ ਦੋ ਲਓ ਸਰ ਹੈਲੀਕਾਪਟਰ ਹੈਗੇ ਆ ਹੈਲੀਕਾਪਟਰ ਹੈਗੇ ਪਰ ਮਾਲ ਕੱਢ ਲੈਣ ਦੇ ਇਹ ਕੱਢਣ ਵਾਲਾ ਨਾਲ ਲਵਾ ਦਿੰਨੇ ਹੱਥ ਡਿਸਕਾਊਂਟ ਹੀ ਕਰਨੇ ਤੁਸੀਂ ਬਾਅਦ ਵਿੱਚ ਹੈਲੀਕਾਪਟਰ ਆਇਆ ਨਹੀਂ ਮਾਰ ਇਹ ਬਟਰਫਲਾਈ ਚ ਵੀ ਆ ਜਾਂਦਾ ਚਟਪਟ ਵੀ ਆ ਜਾਂਦਾ ਓਏ ਘੁੰਮਦੇ ਜਿਹੜੇ ਓਏ ਨਹੀਂ ਯਾਰ ਤੂੰ ਮਾਲ ਨਹੀਂ ਉਹ ਜਿਹੜੇ ਰੰਗ ਜੇ ਛੱਡਣ ਕਰੇ ਹੋ ਜਾ ਤਰ ਚਲੋ ਇੱਕ ਦੇ ਦੋ ਉਹ ਜਿਹੜੇ ਤਰ ਕਰਨ ਤਰ ਆ ਗਏ ਵੇਖਣ ਤੇ ਦੇ ਯਾਰ ਆ ਘੁੰਮਣ ਵਾਲੇ ਲੱਗਣ ਦੇ ਜਿਹੜੇ ਆਪਾਂ ਅੱਗੇ ਲਾਏ ਆ ਯਾਰ ਇਹ ਤਾਂ ਬਟਰਫਲਾਈ ਆ ਆਹੀ ਚਟਪਟ ਆ ਦੇ ਦੋ ਪੂਰਾ ਡੱਬਾ ਯਾਰ ਇਹਦੇ ਵਿੱਚ ਇੱਕ ਹੋਰ ਹੁੰਦਾ ਵਾ ਵਧੀਆ ਵਧੀਆ ਕੁਆਲਿਟੀ ਦਾ ਇਹ ਨਾਲ ਦੇ ਨਾਲ ਦੇ ਦੋ ਬੰਡਲ ਦੇਖਿਓ ਮੇਰੇ ਬੰਡਲ ਹਾਂਜੀ ਚਟਪੁੜੀ ਹੈ ਨਾ ਵਧੀਆ ਹਾਂ ਸਭ ਤੋਂ ਵਧੀਆ ਸਾਰਾ ਹੋਮਲੈਂਡ ਕੰਪਨੀ ਦੀ ਹੈਗੀ ਹੈ ਚਟਪੁੜ ਹੈ ਹਾਂਜੀ ਚਟਪੁੜ ਹੈ ਜੀ ਲੋ ਹਾਂ ਆ ਦੇ ਰੋ ਪੂਰਾ ਇੱਕ ਡੱਬਾ ਇੱਕ ਸੈਂਟ ਰੱਖ ਦੋ ਪੂਰਾ ਕੋਈ ਹੋਰ ਦਿਖਾਓ ਯਾਰ ਕੋਈ ਨਵੀਂ ਆਈਟਮ ਆਈ ਹੋਵੇ ਇੱਕ ਤੁਸੀਂ ਇਹ ਚਲਾਇਆ ਰੌਕਸਟਾਰ ਇਹ ਵੀ ਬਹੁਤ ਘੈਂਟ ਆਈਟਮ ਹੈ ਇਹ ਕੀ ਆ ਰੌਕਸਟਾਰ ਦੋ ਅਨਾਰ ਹੈਗੇ ਭਾਜੀ ਇਹਦੇ ਵਿੱਚ ਕਰੈਕਲਿੰਗ ਵਾਲੇ ਇੱਕ ਹੈ ਸੀਟੀ ਵਾਲੀ ਚੱਕਰੀ ਖੋਲੋ ਹਨ ਸੀਟੀ ਵਾਲੀ ਚੱਕਰੀ ਹਾਂਜੀ ਖਾਵਾ ਛੋਟੀ ਹੈ ਫੇਰ ਦੇ ਲਗਾ ਕੇ ਕਰਦੇ ਹਾਂ ਅਸੀਂ ਅਰੇ ਆ ਗਿਆ ਮਾਣੀ ਚਲਾਇਆ ਯਾਰ ਹਲੇ ਤੱਕ ਆਪਾਂ ਅਨਾਰ ਕਰੈਕਲਿੰਗ ਨਾਲ ਉਹ ਫੁੱਲ ਚੜੀਆਂ ਚਲਾਉਣਾ ਮੈਂ ਜੀ ਇਹ ਆਪਣੇ ਕੋਲ ਰਾਵਣ ਬੰਬ ਰਾਵਣ ਬੰਬ ਹੀ ਨਹੀਂ ਸੀ ਇਹਨਾਂ ਨੂੰ ਕਹਿੰਦੇ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਸੇਬੇ ਵਾਲੇ ਸੇਬੇ ਵਾਲੇ ਨਹੀਂ ਹੈਗੇ ਨਹੀਂ ਸਿਰੇ ਉਹ ਆਪਣੇ ਉੱਤੋਂ ਪਹਿਲਾਂ ਪਹਿਲਾਂ ਦੁਸ਼ਹਿਰੇ ਤੋਂ ਉਹ ਦੁਸ਼ਹਿਰੇ ਲੱਗੇ ਮਿ
ਸ਼ੋਰਟ ਤਾਂ ਵੀਰੇ ਆਪਾਂ 240 ਵਾਲਾ ਲਿਆ ਹੋਇਆ ਇੱਕ ਹੀ ਸ਼ੋਰਟ ਚੱਲੂਗਾ 240 ਵਾਲਾ ਠੀਕ ਹੈ ਜੀ 1000 ਵਾਲੀ ਲੜੀ 240 ਸਰ ਸਨਸ਼ਾਈਨ ਦਾ ਹੈਗਾ ਮੇਰੇ ਕੋਲ ਲੈ ਲਿਆ 10000 ਵਾਲਾ ਹੈਗਾ 10000 ਵਾਲੀ 5000 ਵੀ ਮਿਲੇਗੀ ਉੱਪਰ ਲੱਗੀ ਹੈ ਨਹੀਂ 10 5000 ਵਾਲੀਆਂ ਹੈਗੀਆਂ ਦੋ 10000 ਵਾਲੀ ਫਾਇਦਾ ਨਹੀਂ ਖੁੱਲ ਜਾਂਦੀ ਹੈ ਵੀ ਜਾਂਦੀ ਸਾਨੂੰ ਓਕੇ ਖੋਲ ਯਾਰ ਕੀ ਕੱਲ ਜੇ ਚੱਕਰ ਲੱਗੇਗਾ ਜ਼ਰੂਰ ਆਉਣਾ ਮੈਂ ਪੂਰੀ ਦੁਕਾਨ ਭਰ ਦੇਣੀ ਹੈ ਡਨ ਡਨ ਬਈ ਹੁਣ 4 ਦਿਨ ਅਸੀਂ ਤੁਹਾਡੇ ਸੇਵਾ ਦੇ ਵਿੱਚ ਹੀ ਗਏ ਇਹ ਵੀ ਘੜੀ ਯਾਰ ਐਡੀਡਾਸ ਹੈਗਾ ਤੁਸੀਂ ਜੋ ਚੀਜ਼ ਭਾਅ ਜੀ ਬਣੀ ਹੈ ਉਹੀ ਬਣੇਗੀ YouTube ਤੇ ਚੈੱਕ ਕਰੋ ਤੁਸੀਂ ਚਲਾਉਣ ਤੋਂ ਪਹਿਲਾਂ ਹੋਰ ਦੱਸੋ ਐਡੀਡਾਸ ਦੇ ਪਟਾਕੇ ਹੋਣ ਲੱਗ ਪਏ ਆ ਆ ਦੇਖ ਐਡੀਡਾਸ ਮੈਨੂੰ ਤਾਂ ਵਧੀਆ ਲੱਗਣ ਦਾ ਲੈ ਲਈ ਇੱਕ ਹੀ ਯਾਰ ਇੰਨੇ ਪਏ ਘਰੇ ਉਹ ਤਾਂ ਸਾਡੇ ਆਈ ਸਿੰਗਲ ਪੀਸ ਪਿਆ ਵਾ ਨਹੀਂ ਨਹੀਂ ਇੱਧਰ ਸਾਰੇ ਸ਼ੋਰਟਸ ਆ ਆ ਵੀ ਚਲਾਇਆ ਸੀ ਆਪਾਂ ਪੈਕਿੰਗ ਇਹਦੀ ਵਧੀਆ ਲੱਗਣੀ ਨਾ ਚਲਾ ਥੋੜਾ ਖਰਾਬ ਕਰਦੇ ਇਹ ਸਿੰਗਲ ਸਿੰਗਲ ਛੋਟੇ ਜਿਹੜੇ ਹਾਂਜੀ ਜਿਵੇਂ ਡਿਸਪਲੇ ਬਹੁਤ ਬਹੁਤ ਛੋਟੇ ਚੱਲਦੇ ਆ ਚੱਲਦੇ ਨਹੀਂ ਇੱਕ ਇੱਕ ਜਾਂਦੇ ਤੇ ਚੱਲ ਰਹੇ ਤੇ ਉਹੀ ਲਗਾ ਲੈਂਦੇ ਇਹ ਕੀ ਆ ਇਹ ਵੀ ਸ਼ੋਰਟਸ ਆ 100 ਸ਼ੋਰਟ ਹੈਗਾ ਵੱਡੀ ਟਿਊਬ ਦੇ ਵਿੱਚ 97 ਹਾਂਜੀ ਸਰ 97 ਇਹ ਵੀ ਛੋਟੀ ਆ ਪਰ ਇਹਦੀ ਟਿਊਬ ਥੋੜੀ ਵੱਡੀ ਆ 10 ਨੰਬਰ ਟੋਲ ਆ ਦੇਖ ਲਓ ਦੋ ਫੀਤੇ ਇਹਦੇ ਹਾਂਜੀ ਇਹ ਓਨਲੀ 1 ਇਨ ਅੰਮ੍ਰਿਤਸਰ ਆ ਇਹ ਵਾਲਾ 21 ਸੈਂਚਰੀ ਇੱਥੇ ਜਿੰਨੀ ਵੀ ਮਾਰਕੀਟ ਲੱਗੀ ਹੈ ਜੀ ਇਹ ਟੋਟਲ 10 ਦੁਕਾਨਾਂ ਨੇ ਤੇ ਦੀਵਾਲੀ ਤੋਂ ਸਾਰੇ ਜਾਣ ਦੋ ਦਿਨ ਪਹਿਲਾਂ ਲੱਗਦੀਆਂ ਤੇ ਸਾਰੇ ਜਾਣਦੇ ਹੁਣ ਸਾਰੀਆਂ ਦੁਕਾਨਾਂ ਤੋਂ ਆਪ ਇੱਕ ਇੱਕ ਪਟਾਕਾ ਲੈ ਰਹੇ ਆ ਵੈਸੇ ਤਾਂ ਦੀਵਾਲੀ ਸ਼ੋਪਿੰਗ ਸਾਰੀ ਕਰ ਲਈ ਹੋਈ ਆ ਅੱਜ ਆਪਾਂ ਵੈਸੇ ਮਾਰਕੀਟ ਘੁੰਮਣ ਆਏ ਆ ਕਿ ਦੇਖ ਲਈ ਕੋਈ ਨਵੀਂ ਆਈਟਮ ਤਾਂ ਨਹੀਂ ਆਈ ਅਰਸ਼ ਹੁਣ ਕਿੱਧਰ ਚੱਲੀਏ ਉਹ ਵੱਡਾ ਨਾਰ ਹੋਵੇ ਹੋਵੇ ਚੀਲ ਕੀ ਨਿਗਾਹ ਤੇਰੀ ਨਹੀਂ ਨਹੀਂ ਉਹੀ ਆ ਉਹੀ ਨਹੀਂ ਉਹ ਸਿੰਗਲ ਵਾਲਾ ਆਹੋ ਆ ਰਿਹਾ ਆ ਰਿਹਾ ਆ ਰਿਹਾ ਉਹ ਇਹ ਤੇ ਕਹਿਣਾ ਮੈਂ ਯੈਸ ਇਹੀ ਚਾਹੀਦਾ ਸੀ ਆਪਾਂ ਨੂੰ ਭਾਜੀ ਜਿਸ ਚੀਜ਼ ਦੀ ਭਾਲੀ ਸਾਨੂੰ ਮਿਲ ਗਈ ਹੋਈ ਆ ਆਹ ਵਾਲਾ ਨਾਰਾ ਦੇਖਿਓ ਦੂਜੇ ਬਾਕੀ ਆ ਛੋਟੇ ਛੋਟੇ ਆ ਆਹੀ ਉਹਦੇ ਚੱਲਦੇ ਪਰ ਆਹ ਬਹੁਤ ਜ਼ੋਰਾ ਉਹਦੇ ਚੱਲਦਾ ਹੈ ਨਾ ਤੇ ਬਹੁਤ ਤੇਜ਼ ਚੱਲਦਾ ਵਾ ਟਾਈਮ ਵੀ ਕਾਫੀ ਦੇਰ ਚੱਲਦਾ ਵਾ ਚਲੋ ਜੀ ਭਾਜੀ ਹਾਲੇ ਤਾਂ ਗਰਾਊਂਡ ਬਿਲਕੁਲ ਖਾਲੀ ਦੇਖਦੀ ਹੈ ਨਾ ਦੀਵਾਲੀ ਵਾਲੇ ਦਿਨ ਆ ਕੇ ਦੇਖਿਓ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਇਹੀ ਚੀਜ਼ ਚਾਹੀਦੀ ਸੀ ਪੈਰਾਸ਼ੂਟ ਰੋਕੇਟ ਆਪਾਂ ਸਿਰਫ ਲੈਣਾ ਸੀ ਇੱਥੇ ਚਿਟਪੁਟ ਤੇ ਲਾਲ ਬੰਬ 28 ਵਾਲੇ ਤੇ ਹੁਣ ਯਾਰ ਪਟਾਕੇ ਇੰਨੇ ਵਧੀਆ ਵਧੀਆ ਹੈਗੇ ਸੀ ਆ ਪੂਰਾ ਆਪਾਂ ਲਫਾਫਾ ਭਰ ਲਿਆ ਜੇ ਕਿਤੇ ਮੈਂ ਨਾ ਹੋਣਾ ਤੇ 20000 ਦਾ ਕੁੰਡਾ ਆਣਾ ਸੀ ਹਲੇ ਸਹੀ ਗੱਲ ਆ ਹਲੇ ਤਾਂ ਆਪਾਂ 10000 ਵਾਲੀ ਲੜੀ ਵੀ ਲੈਣ ਲੱਗੇ ਸੀ ਪਰ ਯਾਰ 5-5000 ਵਾਲੀਆਂ ਦੋ ਹੈਗੀਆਂ ਵਾ ਸੋ ਰਹਿਣ ਤਾਂ ਫਿਰ ਵੀ ਲੈਣ ਲੱਗਾ ਇਹ ਮੁੰਡਾ 15000 ਦਾ ਯਾਰ ਉਹ ਬੜਾ ਵਧੀਆ ਦੀਵਾਲੀ ਦੀ ਸ਼ੋਪਿੰਗ ਤਾਂ ਆਪਣੀ ਡਨ ਹੋ ਗਈ ਜੀ ਪਟਾਕਿਆਂ ਦੀ ਇਹ ਹੈਗਾ ਸਾਡਾ 240 ਵਾਲਾ ਸ਼ੋਟ ਸਨਸ਼ਾਈਨ ਦਾ ਆ ਦੇਖ ਲਓ ਪੂਰੀ ਗੱਡੀ 'ਚ ਵੀ ਨਹੀਂ ਆਉਂਦਾ ਹਰਸ਼ ਨੂੰ ਕਰੀ ਯਾਰ ਓਕੇ ਚਲ ਕੱਟ ਟੂ ਕੱਟ ਹੀ ਪੂਰਾ ਅੰਦਰ ਹੋ ਗਿਆ ਵੇਖ ਲਓ ਪੂਰਾ ਪੂਰਾ ਆਇਆ ਜੀ ਤੇ ਹੈਗੀਆਂ ਫੁੱਲ ਚੜੀਆਂ ਅਨਾਰ ਨੂੰ ਚਲਾਉਣ ਵਾਸਤੇ ਪਹਿਲਾਂ ਆ ਰੱਖੀ ਪਹਿਲਾਂ ਰੱਖ ਲਈਏ ਕਿ ਆ ਰੱਖੀ ਆ ਰੱਖ ਲਈ ਪਹਿਲਾਂ ਆ ਹੈਗੇ ਸਕਾਈ ਸ਼ਾਟ ਵੱਖਰੇ ਵੱਖਰੇ ਰੰਗ ਦੇ ਇਹ ਹੈਗੀਆਂ ਇਹ 5-5000 ਵਾਲੀ ਲੜੀਆਂ ਇਹ ਇਹ ਕਿਹੜਾ ਖੜੀਏ ਇੱਥੇ ਮਾਰਕੀਟ ਦੇ ਵਿੱਚ ਇੱਕ 10000 ਵਾਲੀ ਮਿਲ ਗਈ ਪਰ ਯਾਰ ਆਪਣੇ ਕੋਲ 5-5000 ਵਾਲੀਆਂ ਦੋ ਹੈਗੀਆਂ ਵਾ ਤੇ ਉਹ ਰਹਿਣ ਤਾਂ ਨਾਲੇ ਐਵੇਂ ਖਰਚਾ ਹੋ ਜਾਣਾ ਹੀ ਫਾਲਤੂ ਇੱਥੇ ਰਹਿ ਦਈਏ ਅੱਗੇ ਰੱਖ ਲੈਣਾ ਓਕੇ ਇਹਦੇ ਵਿੱਚ ਕੀ ਆ ਆ ਉਹੀ ਜੀ ਆ ਜਿਹੜੇ ਉਦੋਂ ਮੇਰੇ ਘਰੋਂ ਲੈ ਗਿਆ ਇਹਦੇ ਵਿੱਚ ਨਹੀਂ ਨਹੀਂ ਇਹਦੇ ਵਿੱਚ ਹੈਗੇ ਆ ਲਾਲ ਬੰਬ ਆ ਦੇਖੋ ਆ ਪੰਜ ਕਿਲੋ ਹੁੰਦੇ ਸੱਜ ਜਿਹੜਾ ਆਪਾਂ ਗ੍ਰਾਮ ਗਏ ਸੀ ਉੱਥੇ ਤੇ ਜਿਹੜੀ ਅੱਜ ਸ਼ੋਪਿੰਗ ਕੀਤੀ ਆ ਉਹ ਆ ਵਾ ਜੀ ਦੋ ਹੈਗੇ ਆ ਆ 28 ਵਾਲੇ ਟੋਟਲ ਹੈਗੇ ਆ 50 ਤੇ ਦੋ ਆ ਆ ਦੇਖੋ ਉਹਨੂੰ ਲੱਗਾ ਪਾ ਵੀ ਲਏ ਇਹ ਨਹੀਂ ਜੀ ਉਹ ਲੱਗਣ ਦਿਆ ਲਏ ਇਹ ਚੱਲ ਚੈੱਕ ਕਰ ਲਾਂਗਾ ਤੇ ਚੱਲ ਆ ਰੱਖ ਦੇ ਚੱਲ ਇੱਕ ਆਇਸ ਰੱਖ 100 ਦੀ ਜਗ੍ਹਾ 150-200 ਹੋ ਜਾਣਗੇ ਚੱਲਣੇ ਦਾ ਕਿਉਂਕਿ ਯਾਰ ਤੁਹਾਨੂੰ ਪਤਾ ਹੀ ਹੈ ਦੀਵਾਲੀ ਤੇ ਸਾਰੇ ਯਾਰ ਦੋਸਤ ਇਕੱਠੇ ਹੁੰਦੇ ਆ ਉਹ ਜਿੰਨੇ ਮਰਜ਼ੀ ਪਟਾਕੇ ਹੋਣ ਥੋੜੇ ਹੀ ਆ ਆ ਲੈ ਇੱਥੇ ਬੜਾ ਕੱਢ ਲਈ ਆ ਹੈਗਾ ਅਨਾਰ ਆ ਵੀ ਰੱਖ ਹਾਂ ਕੱਲ ਕੰਮ ਹੋ ਗਈ ਰੱਖੇ ਪੈਰਾਸ਼ੂਟ ਰੋਕੇਟ ਅੱਜ ਚਲਾਵਾਂਗੇ ਆਪਾਂ ਤੇ ਆ ਵੀ ਆ ਵਾਲਾ
ਅੱਜ ਹੀ ਚਲਾਵਾਂਗੇ ਆਪਾਂ ਅਨਾਰ ਵੀ ਲੈ ਲੈ ਅਨਾਰ ਆਈ ਵੀ ਅਨਾਰ ਹਾਂ ਇੱਕ ਬੰਦਾ ਲੈ ਚਲੋ ਉਹ ਯਾਰ ਉਹ ਨਹੀਂ ਲਈਆਂ ਹੀ ਖਾਕ ਉਹ ਜਿਹਨੇ ਫੁੱਲ ਝੜੀਆਂ ਹੁੰਦੀਆਂ ਵਾ ਅਨਾਰ ਕੇ ਇਹਦੇ ਨਾਲ ਚਲਾਵਾਂਗੇ ਫਿੱਤੇ ਹਾਂ ਫਿੱਤੇ ਲੈ ਲੈਂਦੇ ਆ ਆ ਤਿੰਨੇ ਆਈਟਮਾਂ ਹੁਣੇ ਆਪਾਂ ਘਰ ਜਾ ਕੇ ਚਲਾਵਾਂਗੇ ਪੈਰਾਸ਼ੂਟ ਰੋਕਿਟ ਪੈਰਾਸ਼ੂਟ ਸਕਾਈ ਸ਼ਾਟ ਤੇ ਆ ਰੌਕ ਸਟਾਰ ਅਨਾਰ ਕਰ ਦੇ ਬੰਦ ਚਲਾ ਚੁੱਪ ਚੱਲੀ ਇੱਕ ਤਾਂ ਮੇਰਾ ਫੋਨ ਹੀ ਬੜਾ ਡਿੱਗਦਾ ਸੀ ਉਹ ਵੀ ਦਿਨ ਤਿਆਰ ਦੇ ਚਲੋ ਕਿਹੜੀ ਦਿਖਾਈ ਇੱਕ ਆ ਵੀ ਪਈਆਂ ਹੋਈਆਂ ਨੇ ਆਪਣੇ ਕੋਲ ਛੋਟੀਆਂ ਛੋਟੀਆਂ ਹਵਾਈਆਂ ਸਕਾਈ ਵਿਸਲ ਆਰਾਮ ਸੇ ਚਲਾਣਾ ਆ ਵੀ ਲੈ ਜਾਓ ਲੈ ਲਓ ਚਲੋ ਠੀਕ ਹੈ ਬਾਏ ਆਰਾਮ ਸੇ ਚਲਾਣਾ ये रॉकेट है रॉकेट अच्छा रॉकेट कितना दस चलो बच्चे भी खुश हो गए तो छत आ गए जी आप पटाके चलाने वास्ते अनार तो आप थोड़ा नेरा हो जाए फिर चलावे हम चला लगे आप एक पैराशूट स्काई शॉट तो एक पैराशूट हो भाई हाँ देखियो पैराशूट तो निकलिया वा पर हवाई नहीं चलती देखियो ये पैराशूट आ बॉक्स दे विच सिर्फ आ पांच रॉकेट होंदे आ पैराशूट वाले ते बॉक्स दा प्राइस की ही 500 ही जाए और चलदी क्यों नहीं है रंग भी छड़न दे चली राती पर ज्यादा वधिया लगनी थोड़ा मेरा हो जाए फिर चलावे हम एक शोर चला के देखते हैं पहली नहीं चली ना पहली नहीं चली प्रेशर नहीं है पहली से ना सब तो पहला रॉक स्टार अनार पैराशूट शॉर्ट्स से एक खराब गया वा हवाइया भी खराब गई ने पर हाले अपने को पैराशूट रॉकेट पे हुए रॉक स्टार अनार गाना चलता रैप आंदा वा ਮਾਚਿਸ ਖਤਮ ਹੋਈ ਨਹੀਂ ਫੋਲ ਝੜੀਆਂ ਤਾਂ ਨਹੀਂ ਦੂਸਰੇ ਤੇ ਲਾ ਲਈਏ ਪਹਿਲਾਂ ਚੱਲ ਆ ਫਿਰ
ਅਸੀਂ ਚੱਲੀਏ ਆ ਜੇ ਪੈਰਾਸ਼ੂਟ ਆ ਵੇਖਿਓ ਆ ਆ ਡਿੱਗਾ ਆਪਣੇ ਘਰ ਹੀ ਆ ਗਿਆ ਆ ਹੁਣ ਤਾਂ ਭੱਜਿਆ ਵਾ जो बलदा वा उदो लाइट जगदी है ते आ पैराशूट हुंदा इहदे विच आ देखियो पर चल दे घट ही आ ਪਾਰ ਜ਼ਿਆਦਾ ਯਾਰ ਨਾਲ ਉਹਦੇ ਆ ਪਹਿਲਾ ਹੀ ਜਿਹੜਾ ਸਹੀ ਚੱਲ ਰਿਹਾ ਹੈ ਵਾਲੀ ਦੀ ਸ਼ੋਪਿੰਗ ਕਰਕੇ ਤੇ ਹੁਣ ਯਾਰ ਹੁਣੀ ਆਏ ਜੀ ਮਾਲ ਮੂਵੀ ਦੇਖਣ ਵਾਸਤੇ ਮੂਵੀ ਕਿਹੜੀ ਆ ਬਲੈਕ ਐਂਡਮ ਐਂਡਮ ਕੇ ਐਡਮ ਬਲੈਕ ਐਡਮ अल्फा भी पूरा सजाया वेलो लाइटा ना ब्लैक मामा और डेकोरेशन कितनी सोहनी की थी इतने अब रोटी घर जाए खानी इतने बारे कुछ खा लेंगे करो फोन आया वा ना भी करे मना करती रोटी इन्हें पूछ ला रोटी करे खानी कितने इन्हें करे तो मटर पनीर बनाया वा मैंने खुशबू आ गई तेरे घर चावल बने पनीर नहीं बनया ओए चावल नहीं चावल 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 ही आया चल चावल चावल चल वेस्ट भी ना होंदा वा पर ये कि चलो असीं पानी पी के लेंगे मेरा प्रेशर नहीं सही है बेती करा के मनना जिस तक मेनू लगता ना थिएटर सारा खाली होना नहीं नहीं सारा भरे आई पक्की गल सारा चलो फिर फिलहाल मेरे भाई सारा फुल 80 जाने गया यार ये बैग नहीं भरिया अपनी अपनी सीट देखी एच एच कितनी है किया एच 10 के 9 10 थिएटर छोड़ 11 8 9 10 11 मूवी बड़ी जबरदस्त थी यार मजा आ गया देख के वीडियो कहना मूवी लंबी भी बड़ी है यार स्टोरी जबरदस्त जेड़े VFX ही मजा आ गया हम अस चलने जी कुछ खाने पीने वास्ते टाइम रात के 11 बज गए इस आप जिस गल रही उ हो रहा लाओ सामने देखिए बनाया जी रेडी मार्केट वेज बंदे खाने की चांपा तो नाल रुमाली रोटी अपना नॉन वेज सैक्शन है उधर साइड कोई नहीं पहले
ਯਾਰ ਖਾਣ ਵਾਲੇ ਬ੍ਰਦਰ ਇਸ ਵੀ ਤਾਂ ਇੱਥੇ ਖਲੋਤੇ ਆ ਨਹੀਂ ਤੇ ਤੂੰ ਖੋਲੇਗਾ ਤੂੰ ਰੋਕ ਲੇਗਾ ਹੋਰ ਕੀ ਤੂੰ ਰੋਕ ਲੇਗਾ ਨੂੰ ਤੁਹਾਡਾ ਲੈ ਕੇ ਤੇ ਲੱਗਦਾ ਹੈ ਬਲੈਕ ਐਡਮ ਤੇ ਸੁਪਰਮੈਨ ਆ ਤੂੰ ਰੋਕ ਲੇਗਾ ਨੂੰ ਖਾਣ ਤੋਂ ਅੱਛਾ ਅਸੀਂ ਇਸ ਲਈ ਤੇ ਇੱਥੇ ਖਲੋਤੇ ਆ ਸਮਝਦੇ ਹੋ चलो इस ब्लॉग नूं इत्थे खत्म करदे आं होप करदे कि तुहानूं अज दा ब्लॉग वधिया लगा हू ते मिलदे तुहानूं दिवाली वाले ब्लॉग च टिल दैन बाय बाय टेक केयर इदां ही प्यार करदे रहो ते जे ब्लॉग वधिया लगे तां लाइक कमेंट एंड शेयर जरूर करियो रब राखा।